ਤੇ ਹੁਣ ਗੱਲ ਕਰਦੇ ਹਾਂ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦਾ ਵਿੱਚ ਇਹ ਮੁਕਾਬਲਾ ਸੀ ਬਠਿੰਡਾ ਲੋਕ ਸਭਾ ਸੀਟ ਤੇ ਹਰਸਿਮਰਤ ਕੌਰ ਬਾਦਲ ਬਨਾਮ ਮਨਪ੍ਰੀਤ ਬਾਦਲ ਇੱਕੋ ਹੀ ਪਰਿਵਾਰ ਦੀ ਸਿਆਸੀ ਟੱਕਰ ਦੇ ਵਿੱਚ ਪਾਰਟੀ ਨੂੰ ਵੋਟਾਂ ਤੱਕ ਗਵਾਉਣੀਆਂ ਪਈਆਂ। ਦਿਓਰ ਭਰਜਾਈ ਦੇ ਇਸ ਸਿਆਸੀ ਘਾਟੇ ਦੀ ਕੀ ਕੁਝ ਖਾਸ ਰਿਹਾ, ਕਿਸ ਤਰੀਕੇ ਦੇ ਸਿਆਸੀ ਸਮੀਕਰਨ ਉਸ ਵੇਲੇ ਬਣੇ ਸਨ, ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਵੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੇਜ਼ ਹੋ ਚੁੱਕੇ, ਮਾਨਸਾ ਦੇ ਲੋਕਾਂ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਵਿਖਾਉਂਦੇ ਹਾਂ। ਗਠਨ ਦੀਆਂ 543 ਸੀਟਾਂ ਲਈ ਜਿਹੜਾ ਚੋਣ ਕਮਿਸ਼ਨ ਨੇ ਪ੍ਰੋਗਰਾਮ ਨਿਰਧਾਰਿਤ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿਹੜਾ ਸਿਆਸੀ ਪਾਰਾ ਉਹ ਲਗਾਤਾਰ ਵਧਣ ਲੱਗਿਆ। ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ ਚਾਹੇ ਬੇਸ਼ੱਕ ਆਖਰੀ ਪੜਾਅ ਦੇ ਵਿੱਚ ਉਹਨਾਂ ਦੀ ਵੋਟਿੰਗ ਹੋਣੀ ਹੈ, ਪਰ ਫਿਰ ਵੀ ਜਿਹੜਾ ਸਿਆਸੀ ਜੋੜ ਤੋੜ ਹੈ ਉਹ ਸ਼ੁਰੂ ਹੋ ਚੁੱਕਿਆ। ਗੱਲ ਲੋਕ ਸਭਾ ਹਲਕਾ ਬਠਿੰਡਾ ਦੀ ਕੀਤੀ ਜਾਵੇ ਤਾਂ ਉਸ ਅਧੀਨ ਆਉਂਦੇ ਮਾਨਸਾ ਜ਼ਿਲ੍ਹੇ ਦੇ ਵੋਟਰਾਂ ਨਾਲ ਆਪਾਂ ਰਾਬਤਾ ਕਾਇਮ ਕਰਾਂਗੇ। ਇੰਡੀਆ ਨੂੰ ਵੀ ਪੰਜਾਬ ਉੱਥੇ ਪਹੁੰਚਿਆ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਾਂਗੇ ਵੀ ਕਿਹੜੇ ਮੁੱਦੇ ਜਾਂ ਕਿਹੜੀਆਂ ਸਮੱਸਿਆਵਾਂ ਨੇ ਜਿਹਦੇ ਹੱਲ ਲਈ ਉਹ ਜਿਹੜੇ ਆਪਣੇ ਨਵੇਂ ਉਮੀਦਵਾਰ ਕਿਹੜੀ ਪਾਰਟੀ ਦਾ ਕੀ ਥੱਲਾ ਹੈਗਾ ਉਹਨੂੰ ਚੁਣਨਗੇ। ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ ਬਾਰੇ ਇਹੀ ਕਹਾਂਗਾ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਹੈ ਵੀ ਸਾਰੇ ਹਿੰਦੁਸਤਾਨ ਦੀ ਪਿਕਚਰ ਦੇਖਣ ਨੂੰ ਮਿਲ ਜੂਗੀ, ਕਿਉਂ ਅਸੀਂ ਲਾਸਟ ਪੜਾਅ ਦੇ ਵਿੱਚ ਵੋਟ ਪਾਉਣ ਜਾ ਰਹੇ ਹਾਂ। ਮੈਂ ਖਾਸ ਕਰਕੇ ਵਪਾਰੀ ਹੋਣ ਦੇ ਨਾਤੇ ਇਹੀ ਬੇਨਤੀ ਕਰੂੰਗਾ, ਖਾਸ ਕਰਕੇ ਜਿਹੜੇ ਲੀਡਰ MP ਸਾਹਿਬਾਨ 'ਚ ਖੜ੍ਹੇ ਹੋਣ ਜਾ ਰਹੇ ਆ ਵੀ ਉਹ ਇਹ ਪ੍ਰਣ ਕਰਕੇ ਜਾਣ ਵੀ ਜਿਹੜੀ ਗੱਲ ਅਸੀਂ ਜਨਤਾ ਦੇ ਮੂੰਹ 'ਤੇ ਕਹਿੰਦੇ ਹਾਂ ਉਹ ਕਰਨੀ ਵੀ ਹੈ, ਆਪਦੀ ਕਹਿਣੀ ਅਤੇ ਕਰਨੀ ਨੂੰ ਸਹੀ ਲੈ ਕੇ ਚੱਲਣ, ਐਵੇਂ ਆਮ ਪਬਲਿਕ ਨੂੰ ਪਾਗਲ ਨਾ ਬਣਾਉਣ। ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਹਰੇਕ ਪਾਰਟੀ ਦਾ ਚੋਣ ਮੈਨੂਫੈਸਟੋ ਆਪਦੇ ਹੱਥ 'ਚ ਵਿੱਚ ਰੱਖਣ, ਜਦੋਂ ਉਹ ਇਲੈਕਸ਼ਨਾਂ ਵਾਸਤੇ ਤੁਹਾਡੇ ਸ਼ਹਿਰ ਦੇ ਵਿੱਚ ਅਟੈਂਡ ਕਰਨਗੇ ਆਉਣਗੇ ਤਾਂ ਉਹ ਦਿਖਾਉਣ ਵੀ ਤੁਸੀਂ ਆਹ ਵਾਅਦੇ ਕੀਤੇ ਸੀ, ਤੁਸੀਂ ਇਹ ਵਾਅਦੇ ਪੂਰੇ ਨਹੀਂ ਕੀਤੇ ਹੈ। ਜੇ ਤੁਸੀਂ ਚੋਣ ਮੈਨੀਫੈਸਟੋ ਦੀ ਗੱਲ ਕਰਦੇ ਹੋ, ਅੱਜ ਵੀ BJP ਨੇ ਪ੍ਰੋਟੈਸਟ ਕੀਤਾ ਵੀ 2 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ, ਫਿਰ ਉਹ ਜੇ ਚੋਣ ਮੈਨੀਫੈਸਟੋ ਦਾ ਕੀ ਫਾਇਦਾ, ਜੋ ਕਰਨਾ ਤਾਂ ਕੁਛ ਹੈ ਨਹੀਂ, ਇਕੱਲੇ ਚੋਣ ਮੈਨੀਫੈਸਟੋ ਨੂੰ ਤੁਸੀਂ ਅਗਰ ਫੜਦੇ ਵੀ ਹੋ ਹੱਥ 'ਚ ਤਾਂ ਉਹਦਾ ਕੀ ਕਰੋਗੇ? ਸਾਰੀਆਂ ਪਾਰਟੀਆਂ ਚੋਣ ਮੈਨੀਫੈਸਟੋ ਇਸ਼ੂ ਕਰਦੀਆਂ ਕੁਛ ਨਹੀਂ ਹੈ, ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਹੈ, ਲੇਕਿਨ ਇਸ ਟਾਈਮ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈ, ਕਾਂਗਰਸ ਸਰਕਾਰ ਦੇ ਵਿੱਚ ਪਹਿਲਾਂ ਜਿਹੜੀ ਫਸਲ ਸੀ ਕਾਟਨ ਦੀ ਮਰਦੀ ਰਹੀ ਹੈ, ਐਕਚੁਅਲੀ ਕਾਟਨ ਵਧੀਆ ਹੋਈ ਹੈ। ਅੱਗੇ ਵੀ ਜਾਣਦੇ ਆਪਾਂ ਹੋਰ ਆਪਣੇ ਜਿਹੜੇ ਭਾਈ ਸਾਹਿਬ ਨੇ ਕੀ ਕਹਿੰਦੇ ਨੇ। ਹਾਂਜੀ, ਮੈਂ ਤਰਸੇਮ ਚੰਦ ਮਿੱਡਾ ਸ਼ਹਿਰੀ, ਮੈਂ ਇਹ ਕਹਿੰਦਾ ਵੀ ਬਠਿੰਡਾ ਲੋਕ ਸਭਾ ਹਲਕੇ ਦੀਆਂ ਵੋਟਾਂ ਹੁਣ ਵੀ ਪੈ ਰਹੀਆਂ, ਪਹਿਲਾਂ ਵੀ ਪਈਆਂ, ਇਹੋ ਜਿਹਾ ਨਾ ਤਾਂ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ MP ਆਇਆ ਅਤੇ ਨਾ ਆਉਣਾ, ਇਹਦਾ ਕਾਰਨ ਕੀ ਹੈ ਵੀ ਉਹਨਾਂ ਨੇ ਗ੍ਰਾਂਟਾਂ ਦੇ ਜੇ ਜੋ ਬੀਬਾ ਹਰਸਿਮਰਤ ਕੌਰ ਬਾਦਲ ਹੈ, ਜਿਸ ਸ਼ਖਸ ਜਿਹੜਾ ਸਮਾਜ ਸੇਵੀ ਹੈ ਜਾਂ ਜਿਹੜੇ ਕਿਸੇ ਕਲੱਬ ਦਾ ਮੈਂਬਰ ਹੈ ਜਿਹਨੇ ਜਾ ਕੇ ਉਹਨੂੰ ਆਪਦੀ ਤਕਲੀਫ ਦੱਸੀ ਹੈ, ਉਹਨਾਂ ਨੂੰ ਗ੍ਰਾਂਟਾਂ ਦੇ ਗੱਫੇ ਵੰਡੇ ਨੇ, ਐਂ ਤੁਰੀ ਫਿਰਦੀ ਹੈ ਜਿਵੇਂ MC ਇੱਕ ਵਾਰਡ ਦੇ ਵਿੱਚ ਤੁਰਿਆ ਫਿਰਦਾ ਹੁੰਦਾ ਹੈ, ਜਿਹੜੀ MP ਆਪਣੀ ਹਰਸ ਕੌਰ ਬਾਦਲ ਉਹ ਵਾਰਡਾਂ ਦੇ ਵਿੱਚ ਇਸ ਤਰੀਕੇ ਨਾਲ ਕੰਮ ਕਰ ਰਹੀ ਹੈ। ਤਰਸੇਮ ਜੀ, ਤੁਹਾਡੀ ਗੱਲ ਨਾਲ ਸਹਿਮਤ ਆ ਵੀ ਬਹੁਤ ਪੈਸਾ ਆਇਆ ਵਾਰਡਾਂ ਨੂੰ, ਪੈਸਾ ਆਇਆ ਲੋਕਾਂ ਨੂੰ, ਪੈਸਾ ਆਇਆ ਧਾਰਮਿਕ ਸੰਸਥਾਵਾਂ ਨੂੰ, ਪੈਸਾ ਆਇਆ, ਪਰ ਜੇ ਬੁਲਾਡੇ ਦੀ ਗੱਲ ਕੀਤੀ ਜਾਵੇ, ਬੁਲਾਡੇ ਦੀ ਕੀ ਪੋਜੀਸ਼ਨ ਹੈ? ਦੇਖੋ, ਪਤਾ ਹੈ ਤੁਹਾਡਾ ਹੀ ਪ੍ਰਧਾਨ ਸੀਗਾ ਨਗਰ ਕੌਂਸਲ ਦਾ ਜਿਹਨੂੰ ਖੁਦਕੁਸ਼ੀ ਕਰਨੀ ਪਈ, ਕਿਉਂ? ਦੇਖੋ, ਗੱਲ ਇਹ ਹੈ ਵੀ ਇੱਕ ਜੇ ਆਪਾਂ ਸ਼ਹਿਰ ਦੇ ਵਿੱਚ ਚਲੇ ਜਾਈਏ, ਸ਼ਹਿਰ ਦੀਆਂ ਛੋਟੀਆਂ ਛੋਟੀਆਂ ਗਲੀਆਂ ਦੀਆਂ ਸਮੱਸਿਆ ਹੁੰਦਾ, ਉਹ ਨਗਰ ਕੌਂਸਲ ਦਾ ਕੰਮ ਹੁੰਦਾ, ਨਾ ਕਿ ਇੱਕ MP ਦਾ ਕੰਮ ਹੁੰਦਾ। MP ਦਾ ਕੰਮ ਹੁੰਦਾ ਹਾਈਵੇ ਸੜਕਾਂ ਦੇਖਣੀਆਂ, ਵੱਡੀਆਂ ਸੜਕਾਂ ਜਿੱਥੇ ਮੋਟੇ ਵਹੀਕਲ ਚੱਲਦੇ ਆ ਉੱਥੇ ਦਿਖਾਓ ਤੁਸੀਂ ਕਿਸੇ ਪਾਸੇ ਚਲੇ ਜਾਓ ਵੱਡੀਆਂ ਰੋਡ ਦੇ। ਦੇਖੋ ਹੁਣ ਮੇਰੀ ਗੱਲ ਸੁਣੋ, ਹੁਣ ਆ ਪਿੱਛੇ ਜੇ ਨੀਂਹ ਪੱਥਰ ਰੱਖਿਆ ਜਾਖਲ ਤੋਂ ਕੀ ਤਿੱਕਰ ਦਾ ਬਹੁਤ ਵੱਡਾ ਪ੍ਰੋਜੈਕਟ ਰੱਖਿਆ,
ਦੇਖੋ ਮੇਰੀ ਗੱਲ ਸੁਣੋ, ਉਹ ਕੋਈ ਆਪਸ ਦੇ ਵਿੱਚ ਰੰਜਿਸ਼ ਹੋ, ਕੋਈ ਐਮ ਪੀ ਦਾ ਇਹਦੇ ਚ ਕੋਈ ਸਵਾਲ ਨੀ ਹੈ, ਨਾ ਪੈਸੇ ਦਾ ਸਵਾਲ ਹੈ ਉਹਨਾਂ ਦਾ ਆਪਦਾ। ਕਈ ਵਾਰੀ ਹਰੇਕ ਕਿਸੇ ਸ਼ਹਿਰ ਦੇ ਵਿੱਚ ਚਲੇ ਜਾਓ, ਐਮ ਸੀ ਦੀ ਆਪਦੀ ਤਕਰਾਰਬਾਜ਼ੀ ਹੋਈ ਪਈ ਹੈ, ਇਹਨੂੰ ਨੀ ਪ੍ਰਧਾਨ ਬਣਨ ਦੇਣਾ, ਇਹਨੂੰ ਨੀ ਪ੍ਰਧਾਨ ਬਣਨ ਦਾ, ਇਸੇ ਗੱਲ ਕੀ ਹੋਈ ਪਈ ਹੈ? ਕੋਈ ਐਮ ਪੀ ਇਹਦੇ ਚ ਕੀ ਕਰ ਸਕਦਾ ਜੀ? ਇਹਦੇ ਚ ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਆ ਬੀਬਾ ਹਰਸਿਮਰਤ ਕੌਰ ਬਾਦਲ, ਅਤੇ ਆਮ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਆ ਇਹ ਪਿੰਡਾਂ ਵਾਲੇ ਪਾਸੇ ਪਿੰਡਾਂ ਵਾਲੇ ਵੋਟਰ ਆ ਜੋ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲਾਇਕ ਕਰਦੇ ਆ, ਪਰ ਅੱਜ ਸਾਨੂੰ ਇਹ ਗੱਲ ਕਹਿੰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਪਹਿਲੀ ਵਾਰ ਹੋਇਆ ਕਿ ਸਾਡੇ ਜੋ ਸ਼ਹਿਰ ਦੇ ਅਗਰਵਾਲ ਵੀਰ ਨੇ ਜਾਂ ਹੋਰ ਮਜ਼ਦੂਰ ਨੇਗੇ ਉਹ ਸਾਰੇ ਇੱਕੋ ਵਾਚ ਕਹਿ ਰਹੇ ਹੈ ਕਿ ਪਹਿਲੀ ਵਾਰ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਅਜਿਹੀ ਕੈਂਡੀਡੇਟ ਮਿਲੀ ਆ ਜਿਹਨੇ ਕਿਨਾਂ ਬਿਨਾਂ ਕਿਸੇ ਪੱਖਪਾਤ ਤੋਂ ਹਰ ਇੱਕ ਦੇ ਕੰਮ ਹਰ ਇੱਕ ਦੇ ਤੌਰ ਦੇ ਉੱਤੇ ਗ੍ਰਾਂਟਾਂ ਦੇਣੀਆਂ। ਇਹ ਪਹਿਲੀ ਵਾਰ ਤੁਸੀਂ ਵੀ ਦੇਖ ਰਹੇ ਹੋ ਕਿ ਸਾਡੇ ਅਗਰਵਾਲ ਵੀਰ ਆ ਜੋ ਬੀਬਾ ਹਰਸਿਮਰਤ ਕੌਰ ਬਾਦਲ ਦੀ ਕਾਰਜਕਾਰੀ ਨੂੰ 110% ਨੰਬਰ ਦੇ ਰਹੇ ਨੇ 100 ਦੇ ਵਿੱਚੋਂ। ਉਹਦਾ ਕਾਰਨ ਇਹ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ 10 ਸਾਲਾਂ ਦੌਰਾਨ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਉੱਤੇ ਕਿੰਤੂ ਪ੍ਰਾਂਤੀ ਹੁੰਦੀ ਹੋਵੇ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਪਰਚੇ ਦਰਜ ਕਰਾਉਣੇ ਕਿ ਬੀਬਾ ਹਰਸਿਮਰਤ ਕੌਰ ਬਾਦਲ 'ਤੇ ਕੋਈ ਵੀ ਉਂਗਲ ਨਹੀਂ ਉੱਠਦੀ ਕਿ ਉਹਨੇ ਕਿਸੇ 'ਤੇ ਨਜਾਇਜ਼ ਕੋਈ ਪਰਚਾ ਕਰਾਇਆ ਹੋਵੇ। ਦੂਜੀ ਗੱਲ ਕਰਪਸ਼ਨ ਦੀ ਹੁੰਦੀ ਆ, ਉਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਉੱਤੇ ਕਰਪਸ਼ਨ ਦੀ ਉਂਗਲ ਨਹੀਂ ਉੱਠਦੀ ਕਿਉਂਕਿ ਅਰਬਾਂ ਰੁਪਈਆ ਕਰੋੜਾਂ ਰੁਪਈਆ ਲਿਆ ਕੇ ਉਹਨੇ ਹਲਕੇ ਲੈ ਕੇ ਆਈ ਆ, ਉਹਦੇ ਪੰਜਾਬ ਲਈ ਲੈ ਕੇ ਆਈ ਆ, ਅਤੇ ਜਦੋਂ ਰੁਪਈਆ ਆਉਂਦਾ ਤਾਂ ਆਟੋਮੈਟਿਕਲੀ ਲੀਡਰ ਦੇ ਉੱਤੇ ਕਰਪਸ਼ਨ ਦੀ ਉਂਗਲ ਉੱਠਦੀ ਆ। ਅਤੇ ਆਪਾਂ ਇਹ ਦਾਅਵੇ ਨਾਲ ਕਹਿ ਸਕਦੇ ਕਿ ਬੀਬਾ ਦੇ ਪ੍ਰਤੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋ ਸਕਦੀ। ਜੋ ਵੀ ਪੰਚਾਇਤ ਤੌਰ ਦੇ ਉੱਤੇ ਕੋਈ ਮੁਹੱਲੇ ਵਾਸੀ ਕਲੱਬ ਵਾਲੇ ਜਾਂ ਸਾਡੇ ਜਿਵੇਂ ਬੱਬੀ ਦਾਨੇਲੀ ਸਾਹਿਬ ਨੇ ਦੱਸਿਆ, ਮਿੱਡਾ ਸਾਹਿਬ ਨੇ ਦੱਸਿਆ ਜਾਂ ਹੋਰ ਮੇਰੇ ਅਗਰਵਾਲ ਭਰਾਵਾਂ ਨੇ ਗੱਲ ਕੀਤੀ ਆ ਵੀ ਜਦੋਂ ਵੀ ਕੋਈ ਉਹਨਾਂ ਨੂੰ ਮਿਲਣ ਗਿਆ, ਉਹਨੇ ਪਹਿਲ ਦੇ ਆਧਾਰ 'ਤੇ ਮਿਲੇ ਨੇ, ਕੋਈ ਟੈਕਸ ਪ੍ਰਣਾਲੀ ਤੌਰ 'ਤੇ ਪਹਿਲਾਂ ਵੀ ਗੱਲ ਹੋ ਗਈ ਸਾਡੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਸਾਡੇ ਅਗਰਵਾਲ ਭਰਾ ਗਏ ਨੇ, ਆੜ੍ਹਤੀ ਐਸੋਸੀਏਸ਼ਨ ਲਈ ਗਏ ਨੇ, ਵੀ ਕਹਿਣ ਦਾ ਭਾਵ ਵੀ ਹਰਸਿਮਰਤ ਕੌਰ ਬਾਦਲ ਨੂੰ ਅੱਜ ਹਰ ਇੱਕ ਜਿਉ ਵੋਟਰ ਸਿਆਣਾ ਸਮਝਦਾਰ ਆ, ਪੇਂਡੂ ਆ, ਸ਼ਹਿਰੀ ਆ, ਉਹ ਇੱਕ ਨੰਬਰ ਦੇ ਉੱਤੇ ਲੈ ਕੇ ਆ ਰਿਹਾ। ਇਸ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਲੇਕਿਨ ਜੇ ਪਿਛਲੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮਾਨਸਾ ਹਲਕੇ ਨੇ ਉਹਨਾਂ ਨੂੰ ਵਾਅਦਾ ਨਹੀਂ ਦਿੱਤਾ, ਉਦੋਂ ਬਾਅਦ 3 ਸਾਲ ਦੇ ਕਰੀਬ ਉਹਨਾਂ ਨੇ ਮਾਨਸਾ ਹਲਕੇ ਦੇ ਵਿੱਚ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ, ਇਹਦਾ ਕੀ ਕਾਰਨ ਹੈ? ਨਹੀਂ ਦੇਖੋ, ਵੋਟਰਾਂ ਦੇ ਆਪੋ ਆਪਣੇ ਫੈਸਲੇ ਹੁੰਦੇ ਨੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਕੋਈ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਸੀ ਕਿ ਮੈਨੂੰ ਮਾਨਸਾ ਵਾਲੇ ਨੇ ਨਹੀਂ, ਉਹਦਾ ਮਿਹਨਤ ਦਾ ਫਲ ਦਿੱਤਾ, ਪਰ ਜਦੋਂ ਵੀ ਆਪਾਂ ਕੋਈ ਮਿਹਨਤ ਕਰਦੇ ਹਾਂ ਉਹਦਾ ਫਲ ਨਾ ਮਿਲੇ ਮਜੂਸੀ ਤਾਂ ਆਉਂਦੀ ਆ, ਪਰ ਬੀਬਾ ਦੇ ਮਨ ਨਹੀਂ ਇਸ ਤਰ੍ਹਾਂ ਦੀ ਨਹੀਂ ਸੀ। ਤੁਸੀਂ ਉਹ 3 ਸਾਲਾਂ ਤੋਂ ਜਾਂ 5 ਸਾਲਾਂ ਦਾ ਰਿਕਾਰਡ ਕੱਢ ਕੇ ਦੇਖ ਲਓ ਕਿ ਅੱਜ ਵੀ ਮਾਨਸਾ ਸ਼ਹਿਰ ਨੂੰ ਬੀਬਾ ਨੇ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਨੇ। ਬਾਕੀ ਸਾਡੇ ਸ਼ਹਿਰ ਵਾਲੇ ਹੁਣ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਨੇ ਕਿ ਅਸੀਂ ਪਿਛਲੀ ਵਾਰ ਵੋਟਾਂ ਕਿਉਂ ਘੱਟ ਪਾਈਆਂ। ਉਹਦਾ ਕਾਰਨ ਸੀ ਕਿ ਜਿਹੜਾ ਮਨਪ੍ਰੀਤ ਬਾਦਲ ਆਉਂਦਾ ਸੀ ਉਹ ਸ਼ਹਿਰੋ ਸ਼ਹਿਰੀ ਅਤੇ ਗੱਪਾਂ ਦੇ ਵਿੱਚ ਲਾ ਲੈਂਦਾ ਸੀ, ਅਤੇ ਹੁਣ ਉਹਦਾ ਪਰਦਾ ਜਿਹੜਾ ਉਹ ਕਲੀਅਰ ਹੋ ਚੁੱਕਿਆ, ਲੋਕ ਉਹਨੂੰ ਸਮਝ ਚੁੱਕੇ ਨੇ ਵੀ ਕਹਿੰਦਾ ਕੁਛ ਆ ਕਰਦਾ ਕੁਛ ਆ। ਜਿਹੜੇ ਤਾਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ 4 ਵਾਰ MLA ਬਣਾ ਕੇ ਮੰਤਰੀ ਬਣਾਇਆ ਹੋਵੇ, ਉਹਨੇ ਉਹਦੀ ਪਿੱਠੀ ਵੀ ਛੁਰਾ ਮਾਰਿਆ। ਉਸ ਬੰਦੇ ਨੇ ਭਗਤ ਸਿੰਘ ਦੀ ਸ਼ਹੀਦਾਂ ਦੀ ਧਰਤੀ ਜਾ ਕੇ ਮਿੱਟੀ ਚੱਕ ਕੇ ਉਹਦੀ ਸਹੁੰ ਖਾ ਲਈ, ਉਹ ਭਗਤ ਸਿੰਘ ਦੀ ਪੱਗ ਨੂੰ ਵੀ ਉਹਨੇ ਲਾਜ ਲਾਤੀ, ਅਤੇ ਅੱਜ ਉਸ ਕਾਂਗਰਸ ਦਾ ਲਾ ਕੇ ਪੰਜਾ ਹਿੱਕ ਦੇ ਤੁਰਿਆ ਫਿਰਦਾ, ਜਿਸ ਕਾਂਗਰਸ ਨੇ ਆਪਣੇ ਸਮੁੱਚੇ ਕਾਰਜਕਾਲ ਦਾ ਦੇਸ਼ 'ਤੇ ਸਭ ਤੋਂ ਵੱਧ ਰਾਜ ਕੀਤਾ ਉਹਨੇ, ਅਤੇ ਉਹਨੇ ਦੇਸ਼ ਨੂੰ ਕੰਗਾਲੀ ਵਾਲੇ ਪਾਸੇ ਤੋਰਿਆ, ਭ੍ਰਿਸ਼ਟਾਚਾਰ ਵਾਲੇ ਪਾਸੇ ਤੋਰਿਆ, ਅੱਜ ਉਹਨਾਂ ਦਾ ਸਿੱਪਾ ਸਲਾਰ ਬਣਿਆ ਬੈਠਾ। ਇਸ ਕਰਕੇ ਜਿਹੜਾ ਆਉਣ ਵਾਲਾ ਸਮਾਂ ਗਾ ਇਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਾਡੇ ਸ਼ਹਿਰੀ ਵੱਧ ਤੋਂ ਵੱਧ ਵੋਟਾਂ ਪਾ ਕੇ ਪਿਛਲਾ ਜੋ ਲਾਂਭਾ ਉਹ ਵੀ ਲਾਉਣਗੇ। ਦੇਖੋ ਮੇਰੀ ਗੱਲ ਸੁਣੋ, ਵੀ MP ਸਾਹਿਬ ਨੇ
ਜਾਂ ਰਾਜ ਸਭਾ ਮੈਂਬਰ ਸਰਦਾਰ ਬਰਿੰਦਰ ਸਿੰਘ ਭੂੰਦੜ ਨੇ, ਅੱਜ ਤੋਂ ਮਹੀਨਾ ਪਹਿਲਾਂ ਕੋਈ ਮਾਨਸਾ ਹਲਕੇ ਦੇ ਵਿੱਚ ਜੋ ਵਾਟਰ ਬਕਸੇ ਦੇ ਉੱਤੇ ਪਾਰਕ ਬਣ ਰਿਹਾ, ਉੱਥੇ ਵੀ 57-58 ਲੱਖ ਰੁਪਏ ਦੀ ਗ੍ਰਾਂਟ ਆਪਦੇ ਦਿੱਤੀ ਹੈ। ਹਾਲਾਂਕਿ ਸਰਕਾਰ ਕਾਂਗਰਸ ਦੀ ਹੈ, ਫਿਰ ਵੀ ਉਹਨਾਂ ਨੇ ਇਹ ਨਹੀਂ ਸੋਚਿਆ, ਉਹ ਕੋਈ ਪੱਖਪਾਤ ਨਹੀਂ ਕੀਤਾ। ਉਹ ਕਹਿੰਦੇ ਆ ਵੀ ਜੇ ਸ਼ਹਿਰ ਦਾ ਕੋਈ ਇੱਥੇ ਸੁਆਪਨ ਹੋ ਰਿਹਾ ਹੈ ਤਾਂ ਆਪਾਂ ਨੂੰ ਜੇ ਇੱਥੇ ਗ੍ਰਾਂਟ ਦੇਣ ਦੀ ਲੋੜ ਹੈ ਤਾਂ ਉਹਨਾਂ 57-58 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਅਭੀ ਜੇ ਆਪਾਂ ਹੁਣ ਉਸੇ ਗੁਰਦੁਆਰਾ ਗੱਲ 'ਤੇ ਆਈਏ, ਲੋਕਲ ਮੁੱਦਿਆਂ ਦੀ ਗੱਲ ਕਰੀਏ, ਤਾਂ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਮੰਨਦੇ ਹੋ ਵੀ ਜਿਹੜੇ ਹਾਲੇ ਵਿਕਾਸ ਤੋਂ ਅਛੂਤੇ ਨੇ? ਦੇਖੋ ਜੇ ਆਪਾਂ ਗੱਲ ਕੀਤੀ ਜਾਵੇ ਸਿੱਖਿਆ ਦੀ, ਤਾਂ ਕੋਈ ਇੰਜੀਨੀਅਰਿੰਗ ਕਾਲਜ ਜਾਂ ਮੈਡੀਕਲ ਕਾਲਜ ਇੱਥੇ ਨਹੀਂ ਆਇਆ, ਚਾਹੇ 10 ਸਾਲ 'ਚ ਲਾ ਲਓ, ਚਾਹੇ ਸ਼ੁਰੂ ਤੋਂ ਲਾ ਲਓ 70 ਸਾਲ ਦੀ ਤੁਸੀਂ ਗੱਲ ਕਰੋਗੇ ਤਾਂ ਕੀ ਕਹੋਗੇ ਤੁਸੀਂ? ਦੇਖੋ ਜਦੋਂ ਦੇ ਬੀਬਾ ਹਰਸਿਮਰਤ ਕੌਰ ਬਾਦਲ ਇੱਥੋਂ ਦੇ MP ਬਣੇ ਨੇ, ਕੇਂਦਰ 'ਚ ਮੰਤਰੀ ਬਣੇ ਨੇ, ਅਸੀਂ ਸਭ ਤੋਂ ਪਹਿਲਾਂ ਲੜਕੀਆਂ ਦੇ ਕਾਲਜ ਦੀ ਉਹਨਾਂ ਕੋਲ ਮੰਗ ਰੱਖੀ ਸੀ। ਅੱਜ ਮਾਤਾ ਸੁੰਦਰੀ ਕਾਲਜ ਜੋ ਆਪਣਾ ਕੋਟ ਰੋਡ 'ਤੇ ਬਣਿਆ, ਇਹ ਉਹਨਾਂ ਦੀ ਮਿਹਨਤ ਸਦਕਾ ਬਣਿਆ। ਦੂਸਰੀ ਡਿਵੈਲਪਮੈਂਟ ਦੀ ਹਰ ਸਾਲ ਹਰ ਨਵੇਂ ਮਤਲਬ ਚੋਣ ਵਾਅਦਿਆਂ ਦੇ ਵਿੱਚ ਪੋਲੀਟੀਕਲ ਬੰਦੇ ਲੀਡਰ ਕਹਿੰਦੇ ਵੀ ਨੇ, ਲੇਕਿਨ ਸਮੱਸਿਆਵਾਂ ਦਿਨੋ ਦਿਨ ਹਰ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ, ਚਾਹੇ ਉਹ ਵਿਕਾਸ ਦੀਆਂ ਲੋਕਲ ਵਿਕਾਸ ਦੀਆਂ ਹੋਣ, ਚਾਹੇ ਸਾਡੀ ਸਿੱਖਿਆ ਦੀਆਂ ਹੋਣ। 130 ਕਰੋੜ ਦੇਸ਼ ਵਾਸੀ ਪਾਕਿਸਤਾਨ ਦੇ ਪੂਰਾ ਮੁਰਦਾਬਾਦ ਕਰ ਰਹੇ ਸੀ, ਲੇਕਿਨ ਸਿੱਧੂ ਜਾਂਦਾ ਤਾਂ ਜੱਫੀਆਂ ਬੱਫੀਆਂ ਪਾਉਂਦੇ ਨੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੰਨਾ ਪਿਆਰ ਕਿਉਂ ਲੜਾਉਂਦੇ ਨੇ ਇਹ ਉਹਨਾਂ ਨਾਲ। ਬੱਬੀ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਕੀ ਜਿਹੜੇ ਆਉਣ ਵਾਲੇ MP ਹੋਣਗੇ, ਕੀ ਮਾਨਸਾ ਹਲਕੇ ਵਾਸਤੇ ਕੋਈ ਡਿਮਾਂਡ ਰੱਖੋਗੇ ਇਸ ਤਰ੍ਹਾਂ ਦੀ ਵੀ, ਕੋਈ ਇੰਜੀਨੀਅਰ ਕਾਲਜ ਜਾਂ ਕੋਈ ਮੈਡੀਕਲ ਕਾਲਜ ਜਾਂ ਕੋਈ ਇਸ ਤਰ੍ਹਾਂ ਦੀਆਂ ਨੌਜਵਾਨ ਉਹਨਾਂ ਵਾਸਤੇ ਕੋਈ? ਅਸੀਂ ਦੇਖੋ ਜੀ, ਇੱਕ ਤਾਂ ਇੱਥੇ ਜਦੋਂ ਵੀ ਹੁਣ ਇਲੈਕਸ਼ਨਾਂ 'ਚ ਆਉਣਗੇ ਅਸੀਂ ਬੀਬਾ ਜੀ ਤੋਂ ਮੰਗ ਕਰ ਰਹੇ, ਕਿਉਂਕਿ ਦੁਬਾਰਾ ਮੋਦੀ ਸਰਕਾਰ ਦੁਬਾਰੇ ਬਣ ਰਹੀ ਹੈ, ਬੀਬਾ ਜੀ ਮੰਤਰੀ ਬਣਨਗੇ, ਅਸੀਂ ਇੱਕ ਵੱਡੀ ਯੂਨੀਵਰਸਿਟੀ ਅਤੇ ਇੱਕ ਵੱਡਾ ਮੈਡੀਕਲ ਕਾਲਜ ਦੀ ਉਹਨਾਂ ਕੋਲ ਜ਼ਰੂਰ ਮੰਗ ਰੱਖਾਂਗੇ। ਇੱਕ ਅਸੀਂ ਜਿਹੜਾ ਸਾਡਾ ਇੱਥੇ ਟ੍ਰੀਟਮੈਂਟ ਪਲਾਂਟ ਲੱਗਿਆ, ਇਹਦਾ ਪਾਣੀ ਇੱਥੋਂ ਜਿਹੜੀ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਹੈ, ਇਹਨੂੰ ਇੱਥੋਂ ਦੂਰ ਚਾਹੇ ਉਹ ਥਰਮਲ ਪਲਾਂਟ 'ਚ ਲੈ ਕੇ ਜਾਣ ਜਾਂ ਕਿਤੋਂ, ਇਹ ਸਾਡੇ 2-3 ਮੇਨ ਮੁੱਦੇ ਆ ਜਿਹੜੇ ਅਸੀਂ ਉਹਨਾਂ ਕੋਲ ਰੱਖਾਂਗੇ। ਰਮੇਸ਼ ਜੀ, ਕਾਂਗਰਸੀ ਹੋ, ਤੁਹਾਡੇ ਵੀ MP ਵਾਸਤੇ ਉਮੀਦਵਾਰ ਹੋਣਗੇ, ਤੁਹਾਡੀਆਂ ਕੀ ਡਿਮਾਂਡਸ ਹੋਣਗੀਆਂ? ਸਾਡੀ ਡਿਮਾਂਡ ਇਹ ਹੋਏਗੀ ਵੀ ਮਾਨਸਾ ਜ਼ਿਲ੍ਹਾ 1992 ਦੇ ਵਿੱਚ ਸਿਰਜਿਆ, ਉਸ ਤੋਂ ਪਹਿਲਾਂ ਇਹ ਇਲਾਕਾ ਬੈਕਵਰਡ ਏਰੀਆ,